ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਅਜੀਜ਼ ਮਨਿੰਦਰ ਸਿੰਧਾ ਮੈਨੂੰ ਅੱਜ ਵੀਡੀਓ ਸਾਂਝੀ ਕਰਨੀ ਪਈ ਬਹੁਤ ਜ਼ਰੂਰੀ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਹੈ ਇਸ ਕਰਕੇ ਇਹ ਵੀਡੀਓ ਬਣਾਈ ਗਈ ਹੈ ਤੇ ਮੈਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਹਾ ਸੀ ਉੱਥੇ ਬਹੁਤ ਕੋਈ ਸ਼ਾਇਦ ਬਹੁਤ ਕਲਾਕਾਰਾਂ ਦੀ ਕੋਈ ਮਹਿਫਲ ਸੀਗੀ ਉੱਥੇ ਕੋਈ ਮੈਂ ਕਹਾ ਕਾਫੀ ਸਿੰਗਰ ਆਏ ਹੋਏ ਸੀਗੇ ਤੇ ਬਹੁਤ ਨਾਮੀ ਕਲਾਕਾਰ ਪਹੁੰਚੇ ਹੋਏ ਸੀ ਮਿਊਜ਼ਿਕ ਇੰਡਸਟਰੀ ਦੇ ਤੇ ਮੇਰੇ ਖਾਲ ਗੁਰਲੇ ਜਕਟਰ ਜੀ ਤੇ ਕੈਲੀ ਸਾਹਿਬ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਗੱਟ ਟੂਗੇਦਰ ਸੀਗੀ ਤੇ ਉੱਥੇ ਬਹੁਤ ਨਾਮੀ ਫਨਕਾਰ ਸਾਰੇ ਪਹੁੰਚੇ ਹੋਏ ਸੀ ਤੇ ਉੱਥੇ ਸਟੇਜ ਤੇ ਗੀਤਾ ਜੈਲਦਾਰ ਆਇਆ ਤੇ ਗੀਤਾ ਜੈਲਦਾਰ ਨਾਲ ਕੋਈ ਗੱਲਬਾਤ ਸ਼ਾਇਦ ਮਾਸਟਰ ਸਲੀਮ ਦੀ ਵੀ ਹੋਈ ਮਾਸਟਰ ਸਲੀਮ ਨੂੰ ਵੀ ਬਹੁਤ ਉਹਨੇ ਹੋਰ ਹੀ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਉਹਨੇ ਤੁਸੀਂ ਵੀਡੀਓ ਮੈਂ ਸਾਂਝੀ ਵੀ ਕਰ ਦੂੰਗਾ ਉਹਨੇ ਗੱਲਾਂ ਕਰਦੇ ਕਰਦੇ ਕਿਤੇ ਇੱਕ ਐਸੀ ਗੱਲ ਕੀਤੀ ਜਿਹੜੀ ਕਿ ਮੈਨੂੰ ਬਹੁਤ ਬੁਰੀ ਲੱਗੀ ਤੇ ਮੈਨੂੰ ਦੁੱਖ ਵੀ ਆਇਆ ਵੀ ਉਹ ਬੰਦਾ ਏਡੇ ਵੱਡੇ ਫਨਕਾਰ ਬਾਰੇ ਕੀ ਗੱਲ ਕਹਿ ਰਿਹਾ ਕਿ ਯਾਰ ਸੁਰਿੰਦਰ ਸ਼ੰਦੇਵ ਵਾਂਗੂ ਮੈਂ ਟਾਈਮ ਨਹੀਂ ਖਰਾਬ ਕਰਨਾ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਯਾਰ ਤੂੰ ਕਿੰਨਾ ਕੁ ਟਾਈਮ ਤੂੰ ਕਿੰਨੀ ਕੁ ਗਾਇਕੀ ਦੇ ਬੜੇ ਝੰਡੇ ਗੱਡੇ ਆ ਬਸ ਮੈਨੂੰ ਇੰਨਾ ਕੁ ਤੇਰੇ ਵੱਲੋਂ ਇਹ ਮੈਂ ਪੁੱਛਣਾ ਚਾਹੁੰਦਾ ਤੈਨੂੰ ਬਾਈ ਵੀ ਠੀਕ ਹੈ ਮੈਂ ਤਾਂ ਕਦੀ ਤੇਰਾ ਗਾਣਾ ਵੀ ਨਹੀਂ ਸੁਣਿਆ ਤੇ ਕਿਉਂਕਿ ਸਾਨੂੰ ਫਾਦਰ ਸਾਹਿਬ ਨੇ ਫੋਗਾਇ ਕਿ ਸੁਣੀ ਸ਼ੁਰੂ ਤੋਂ ਸੁਣਾਈ ਹੈ ਤੇ ਸੁਰੀਲੇ ਫਨਕਾਰ ਅਸੀਂ ਸੁਣੇ ਆ ਜਾ ਤਾਂ ਜੇ ਤੂੰ ਕੋਈ ਐਡਾ ਦੀ ਗੱਲ ਉਹਨਾਂ ਨਾਲ ਰੱਖਦਾ ਸੀ ਰੰਝੇ 'ਚ ਉਹਨਾਂ ਦੇ ਜਿਉਂਦੇ ਜੀ ਕਰਦਾ ਉਹਨਾਂ ਨਾਲ ਉਹਨਾਂ ਤੇ ਜਾਣ ਤੋਂ ਬਾਅਦ ਕਿਹੜੀ ਟਿਚਰ ਕਰਦਾ ਤੂੰ ਉਹਨਾਂ ਨੂੰ ਵੀ ਇਸ ਗੱਲ ਦਾ ਸਪਸ਼ਟਿਕਰਨ ਜੇ ਤੇਰੇ ਤੱਕ ਗੱਲ ਵੀਡੀਓ ਪਹੁੰਚ ਜੇ ਜ਼ਰੂਰ ਦੇਈਂ بڑے ਭਾਈ ਤੇਰਾ ਸਤਿਕਾਰ ਸੀਗਾ ਕਾਫੀ ਪਰ ਤੇਰਾ ਹੁਣ ਸਤਿਕਾਰ ਜ਼ੀਰੋ ਹੋ ਗਿਆ ਜਦ ਗੱਲ ਕਲੀਅਰ ਦੱਸ ਦੇ ਵੀ ਉਹਨਾਂ ਨੇ ਕਿਹੜਾ ਸਮਾਂ ਖਰਾਬ ਕੀਤਾ 40 ਸਾਲ ਲੋਕ ਗਾਇਕੀ ਦੀ ਸੇਵਾ ਕੀਤੀ ਉਹਨਾਂ ਨੇ ਔਰ ਹਰ ਰੰਗ ਗਾਇਆ ਮਤਲਬ ਇਹ ਨਹੀਂ ਵੀ ਇੱਕੋ ਹੀ ਰੰਗ ਗਾਇਆ ਹੋਵੇ ਤੇ ਐਵੇਂ ਉਹਨਾਂ ਨੂੰ ਪੰਜਾਬ ਦਾ ਲੋਕ ਗਾਇਕ ਕਹਿੰਦੇ ਸੀ ਤੇ ਗੱਲ ਸਿਰਫ ਇੱਜ਼ਤ ਦੀ ਹੁੰਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇੱਥੇ ਬਥੇਰੇ ਆਏ ਤੇ ਬਥੇਰੇ ਚਲੇ ਗਏ ਤੂੰ ਉਹਨਾਂ ਨੂੰ ਇਹ ਗੱਲ ਕਹਿ ਰਹੇ ਆ ਵੀ ਸੁਰਿੰਦਰ ਸ਼ਿੰਦੇ ਵਾਂਗੂ ਮੈਂ ਟਾਈਮ ਨਹੀਂ ਖਰਾਬ ਕਰਨਾ ਬਸ ਤੂੰ ਇਸ ਗੱਲ ਦੀ ਗੱਲ ਦਾ ਜਵਾਬ ਦੇ ਦੇ ਵੀ ਉਹਨਾਂ ਨੇ ਕਿਹੜਾ ਟਾਈਮ ਖਰਾਬ ਕੀਤਾ ਉਹਨਾਂ ਦੇ ਸੰਸਕਾਰ ਮੋਕੇ ਤੂੰ ਦੇਖ ਲਈ ਕਿੰਨੀ ਕੁ ਦੁਨੀਆ ਆਈ ਸੀਗੀ ਉਨ੍ਹਾਂ ਦੇ ਦੁੱਖ ਵਿੱਚ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਉੱਥੋਂ ਪਤਾ ਲੱਗਦਾ ਵੀ ਉਹਨਾਂ ਨੇ ਕਿੰਨਾ ਟਾਈਮ ਖਰਾਬ ਕੀਤਾ ਟਾਈਮ ਨਹੀਂ ਖਰਾਬ ਕੀਤਾ ਉਹਨਾਂ ਨੇ ਸੇਵਾ ਕੀਤੀ ਗਾਇਕੀ ਦੀ ਤੁਹਾਡੇ ਵਾਂਗੂ 10-10 5-5 10-10 ਲੱਖ ਰੁਪਏ ਨਹੀਂ ਮੰਗੇ ਉਹਨਾਂ ਨੇ ਠੀਕ ਹੈ ਤੇ ਉਹਨਾਂ ਨੇ ਬਹੁਤ ਛੋਟੀ ਜੀ ਪੇਮੈਂਟ ਨਾਲ ਨਾਰਮਲ ਪੇਮੈਂਟਾਂ ਆਪਣੀ ਗਾਇਕੀ ਦੀ ਸੇਵਾ ਕੀਤੀ ਆ ਤੇ ਜੇ ਕੋਈ ਫੇਰ ਵੀ ਤੈਨੂੰ ਲੱਗਦਾ ਵੀ ਉਹਨਾਂ ਨੇ ਸਮਾਂ ਖਰਾਬ ਕੀਤਾ ਤੂੰ ਮੈਨੂੰ ਜਰੂਰ ਦੱਸੀ। ਔਰ ਮੈਂ ਬਹੁਤ ਜ਼ਿਆਦਾ ਇਸ ਗੱਲੋਂ ਸਮਝਣ ਤੋਂ ਬਾਹਰ ਹੋ ਗਈ ਵੀ ਗੱਲ ਵੀ ਤੂੰ ਕਿਹੜੇ ਤਰੀਕੇ ਨਾਲ ਕਿਹਾ ਵੀ ਮੈਂ ਉਹਨਾਂ ਵਾਂਗੂ ਸਮਾਂ ਖਰਾਬ ਕੀਤਾ। ਤੇ ਮੇਰੀ ਬੇਨਤੀ ਹੈ ਤੈਨੂੰ ਜੇ ਤੱਕ ਤੇਰੇ ਤੱਕ ਵੀਡੀਓ ਪਹੁੰਚੀ। ਜੇ ਭਰਾਵਾ ਤੇਰਾ ਸਤਕਾਰ ਸੀਗਾ। ਜੇ ਤੇਰੇ ਮਨ 'ਚ ਕੋਈ ਗੱਲ ਵੀ ਹੈ ਫਿਰ ਮੈਨੂੰ ਬੈਠ ਕੇ ਦੱਸਦੀ ਜਾਂ ਮਿਲ ਕੇ ਦੱਸਦੀ। ਮੈਂ ਤਾਂ ਬਹੁਤ ਸਤਿਕਾਰ ਕਰਦਾ ਸਾਰਿਆਂ ਦਾ ਸਭ ਤੋਂ ਜਿਹੜੀ ਗੱਲ ਤੂੰ ਇਹ ਕੀਤੀ ਹੈ ਵੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਟੀਚਰ ਕੀਤੀ ਹੈ ਜੇ ਬਾਕੀ ਤੂੰ ਜੇਲ੍ਹਦਾਰ ਸੀ ਉਹਨਾਂ ਦੇ ਸਾਹਮਣੇ ਟੀਚਰ ਕਰਦਾ ਉਹਨਾਂ ਨੂੰ ਮੈਨੂੰ ਇਸ ਗੱਲ ਦੀ ਗੱਲ ਕਰਨੀ ਨਹੀਂ ਸੀ ਚਾਹੀਦੀ ਵੈਸੇ ਮੈਂ ਕਿਉਂਕਿ ਬਹੁਤ ਛੋਟੀ ਜੀ ਗੱਲ ਸੀ ਪਰ ਤੂੰ ਗੱਲ ਦਾ ਕੋਈ ਹੋਰ ਹੀ ਕੁਝ ਕਰਤਾ ਸਟੇਜ ਤੇ ਸਾਰਿਆਂ ਦੀ ਬੇਇੱਜ਼ਤੀ ਕਰੀ ਇੰਨਾ ਉੱਥੇ ਏ ਨਛੱਤਰ ਗਿਲ ਸਾਹਿਬ ਖੜੇ ਐ ਜਰਨੈਲ ਜੈਲੀ ਬਾਈ ਖੜਾ ਐ ਸੁਖਸ਼ਿੰਦਰ ਸਿੰਧਾ ਜੀ ਖੜੇ ਐ ਤੇ ਤੂੰ ਬੋਲੀ ਜੰਨਾ ਉੱਥੇ ਪਤਾ ਨਹੀਂ ਕੀ ਕੁਝ ਬੋਲੀ ਜੰਨਾ ਤੂੰ ਸੋਚਦਾ ਲੈ ਤੂੰ ਕੀ ਬੋਲਦਾ ਪਿਆ ਐਨ ਕਾ ਜੀਆਂ ਲਾ ਕੇ ਦਿਖਾਈ ਜੰਨਾ ਮੈਂ ਬੜਾ ਵੱਡਾ ਕਲਾਕਾਰ ਆ ਤੇ ਠੀਕ ਆ ਤੂੰ ਬੜਾ ਵੱਡਾ ਕਲਾਕਾਰ ਮੰਨਦੇ ਆ ਪਰ ਤੂੰ ਇਹ ਗੱਲ ਨੂੰ ਜ਼ਰੂਰ ਦੱਸ ਕਲੀਅਰ ਕਰਕੇ ਵੀ ਉਹਨਾਂ ਨੇ ਕਿਹੜਾ ਸਮਾਂ ਖਰਾਬ ਕੀਤਾ ਦਿਲਾਂ ਤੇ ਰਾਜ ਕੀਤਾ ਉਹਨਾਂ ਨੇ ਦਿਲਾਂ ਤੇ ਰਾਜ ਸ਼ਰੋਮਣੀ ਪੰਜਾਬੀ ਲੋਕ ਗਾਇਕ ਦਾ ਖਿਤਾਬ ਮਿਲਿਆ ਉਹਨਾਂ ਨੂੰ ਠੀਕ ਹੈ ਤੇ ਜਰੂਰ ਇਸ ਗੱਲ ਨੂੰ ਦਸੀ ਮੇਰੀ ਬੇਨਤੀ ਹੈ ਤੈਨੂੰ ਭਾਈ ਬਹੁਤ ਬਹੁਤ ਧੰਨਵਾਦ